ਪੰਜਾਬ ਦੇ ਲੋਕਾਂ ਦੀ ਆਕਸੀਮੀਟਰ ਰਾਹੀਂ ਆਕਸੀਜਨ ਚੈੱਕ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਸਰਕਾਰ ਨਿਸ਼ਾਨੇ ਤੇ ਲੈ ਰਹੀ ਹੈ ਤੇ ਆਉਣ ਵਾਲੀਆਂ ਚੋਣਾਂ ਲਈ ਲਾਹਾ ਲੈਣ ਦਾ ਇੱਕ ਹੱਥਕੰਡਾ ਦੱਸ ਰਹੀ ਹੈ। ਉੱਥੇ ਆਪ ਵੱਲੋਂ ਇਸ ਗੱਲ ਦਾ ਖੰਡਨ ਕੀਤਾ ਜਾ ਰਿਹਾ। ਇਸੇ ਦੇ ਚੱਲਦਿਆਂ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਆਪ ਦਾ ਮੁੱਖ ਉਦੇਸ਼ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣਾ ਹੈ, ਨਾ ਕਿ ਰਾਜਨੀਤੀ ਕਰਨਾ। ਉਹਨਾਂ ਕੈਪਟਨ ਸਰਕਾਰ ਤੇ ਬੋਲਦਿਆਂ ਕਿਹਾ ਕਿ ਇਸ ਮਹਾਮਾਰੀ ਦੇ ਵੇਲੇ 'ਚ ਕੈਪਟਨ ਸਰਕਾਰ ਨੂੰ ਲੋਕਾਂ ਦੀ ਸੇਵਾ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਆਪਣੇ ਪੰਜਾਬ ਨੂੰ ਸੰਭਾਲਣ ਅਤੇ ਫਾਲਤੂ ਦੀ ਨੌਟੰਕੀ ਬੰਦ ਕਰਨ। ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ 'ਚ ਆਕਸੀਮੀਟਰ ਵੰਡੇ ਜਾ ਰਹੇ ਨੇ ਤੇ ਇਸੇ ਦੇ ਚੱਲਦੇ ਜਗਰਾਉਂ 'ਚ ਵੀ ਆਪ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਇਸ ਦੀ ਸ਼ੁਰੂਆਤ ਕੀਤੀ। ਅਰਵਿੰਦ ਜੀ ਨੇ ਆਪਣੇ ਜਨਮ ਦਿਨ ਨੂੰ ਨਹੀਂ ਮਨਾਇਆ, ਜਿਸ ਤਰ੍ਹਾਂ ਦੂਜੇ ਲੀਡਰ ਕਿਤੇ ਪਹਾੜਾਂ 'ਤੇ ਜਾ ਕੇ ਕਰੋੜਾਂ ਦਾ ਖਰਚਾ ਕਰਕੇ ਆਉਂਦੇ ਆ ਅਤੇ ਆਪਣੀ ਖੁਸ਼ੀ ਮਨਾਉਂਦੇ ਆ, ਉਸ ਤਰ੍ਹਾਂ ਸਾਡੇ ਨੇਤਾ ਜੀ ਬਿਲਕੁਲ ਗ੍ਰਾਊਂਡ ਨਾਲ ਜੁੜੇ ਹੋਏ ਆ। ਉਹਨਾਂ ਨੇ ਇਸ ਵਾਰ ਲੋਕਾਂ ਨੂੰ ਅਪੀਲ ਕੀਤੀ ਸੀ ਵੀ ਮੇਰਾ ਮਨ ਹੈ ਵੀ ਮੈਂ ਪੂਰੇ ਇੰਡੀਆ ਨੂੰ ਜੀ ਕਰੋਨਾ ਮੁਕਤ ਕਰਾਂ ਤਾਂ ਕਿ ਆਪਾਂ ਇਸ ਦੇ ਵਿੱਚ ਵੱਧ ਤੋਂ ਵੱਧ ਮੁਹਿੰਮ ਤੁਸੀਂ ਮੈਨੂੰ ਪਾ ਸਕਦੇ ਹੋ ਵੀ ਇਸ ਵਾਰ ਤੁਸੀਂ ਮੈਨੂੰ ਕੁਛ ਨਹੀਂ ਦੇਣਾ, ਨਾ ਮੇਰੇ ਬਰਥਡੇ 'ਤੇ ਕੋਈ ਹੋਰ ਕੁਛ ਕਰਿਓ, ਵੀ ਆਪਾਂ ਆਕਸੀਮੀਟਰ ਦੇਵਾਂਗੇ ਪੂਰੇ ਇੰਡੀਆ ਨੂੰ, ਪੰਜਾਬ ਦੇ ਵਿੱਚ ਨਹੀਂ। ਪੰਜਾਬ ਦੇ ਵਿੱਚ ਉਹਨਾਂ ਨੇ ਪਹਿਲੇ ਚਰਨ ਦੇ ਵਿੱਚ ਜਿੰਨੇ ਵੀ ਭੇਜੇ ਅਸੀਂ ਅੱਜ ਪਿੰਡ ਪਿੰਡ ਜਾ ਕੇ ਸਾਰੇ ਆਪਣੇ ਅਹੁਦੇਦਾਰਾਂ ਨੂੰ ਦੇਖੇ ਆ। ਮੈਡਮ, ਪੰਜਾਬ 'ਚ ਆਕਸੀਮੀਟਰ ਦੀ ਸ਼ੁਰੂਆਤ ਕਦੋਂ ਹੋਈ ਹੈ ਜੀ? 2-3 ਦਿਨ ਤੋਂ ਹੋ ਚੁੱਕੀ ਹੈ ਪੰਜਾਬ 'ਚ ਆਕਸੀਮੀਟਰ, ਅਤੇ ਜਗਰਾਉਂ 'ਚ ਤੁਸੀਂ ਜਗਰਾਉਂ 'ਚ ਅੱਜ ਹੋਈ ਹੈ ਜੀ। ਅੱਜ ਅਸੀਂ ਜਗਰਾਉਂ ਨੂੰ 10 ਸਰਕਲ ਦੇ ਵਿੱਚ ਵੰਡਿਆ ਜੀ। 10 ਸਰਕਲ ਦੇ ਅਕੋਰਡਿੰਗਲੀ ਅਸੀਂ ਸਾਰਿਆਂ ਦੇ ਥੱਲੇ 10-10 ਬੰਦੇ ਜਾਏ ਆ। ਉਹ ਆਪਣੇ ਸਾਰੇ ਬੰਦਿਆਂ ਨੂੰ ਇੱਕ ਇੱਕ ਜਾਂ 2-2 ਜਾਂ 3-3 ਆਕਸੀਮੀਟਰ ਪ੍ਰੋਵਾਈਡ ਕਰਵਾ ਕੇ ਆਏ ਆ। ਸਟਰੈਂਥ ਆਫ ਵਿਲੇਜ ਅਕੋਰਡਿੰਗ ਟੂ ਦੇਅਰ ਪਾਪੂਲੇਸ਼ਨ ਅਸੀਂ ਇਹ ਸਾਰਾ ਪ੍ਰੋਵਾਈਡ ਕਰਕੇ ਆਏ ਹਾਂ। ਦੇਖੋ ਜੀ, ਚੋਣਾਂ ਤਾਂ ਆ ਰਹੀਆਂ 22 'ਚ ਜੀ, ਉਹ ਆਉਣੀਆਂ ਵੀ ਹੈ ਅਤੇ ਲੋਕ ਫਤਵਾ ਦੇਣਗੇ ਕਾਂਗਰਸ ਨੂੰ। ਚੋਣਾਂ ਦਾ ਮੁੱਦਾ ਵੀ ਹੈ ਵੀ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਚੋਣਾਂ ਕਰਕੇ ਵੀ ਇਹ ਬੰਦਾ ਕਰ ਰਹੀ ਹੈ। ਮੌਤ ਅੱਜ ਹੋ ਰਹੀ ਹੈ ਉਹ ਕੀ 22 ਨੂੰ ਉਡੀਕੇਗੀ ਜੀ? ਸਾਡੇ ਜਿਸ ਤਰ੍ਹਾਂ ਅਸੀਂ ਦਿੱਲੀ ਦੇ ਵਿੱਚ, ਦਿੱਲੀ 'ਚ ਅਸੀਂ ਆਕਸੀਮੀਟਰ ਦੀ ਪੋਲਿਸੀ ਕਰਕੇ, ਟੈਸਟਿੰਗ ਦੀ ਪੋਲਿਸੀ ਕਰਕੇ, ਟ੍ਰੇਸਿੰਗ ਦੀ ਪੋਲਿਸੀ ਕਰਕੇ ਅੱਜ ਦਿੱਲੀ ਕਰੋਨਾ ਨੂੰ ਹੈਲਥ ਕੇਅਰ ਸਰਵਿਸਿਸ ਦੇ ਵਿੱਚ ਵਰਲਡ 'ਚ 9ਵਾਂ ਨੰਬਰ, ਜਦਕਿ ਪੰਜਾਬ ਇੰਡਸਟਰੀ ਸਾਡਾ ਹੈਲਥ ਐਜੂਕੇਸ਼ਨ ਦੇ ਮਾਮਲੇ 'ਚ ਅਸੀਂ ਪਿੱਛੇ ਆ। ਇੰਡਸਟਰੀ ਪੋਲਿਸੀ ਨੂੰ ਅਸੀਂ 92ਵੇਂ ਨੰਬਰ ਤੋਂ 97ਵੇਂ ਨੰਬਰ ਤੱਕ ਲਿਆ, ਠੀਕ ਹੈ। ਅਸੀਂ ਜੇ ਗੁਆਂਢੀ ਸੂਬਾ ਸਾਨੂੰ ਕੁਛ ਦੇ ਰਿਹਾ, ਉਹ ਕੁਛ ਕਿਸੇ ਤੋਂ ਉਹਨੇ ਸਿੰਗਲ ਪੈਸਾ ਨਹੀਂ ਲਿਆ ਸਾਡੇ ਪੰਜਾਬ ਦੇ ਵਿੱਚੋਂ ਕਿਤੇ ਨੂੰ ਲਿਆ। ਮੇਰੀ ਜਗਰਾਉਂ ਦੇ ਵਿੱਚ ਅੱਜ ਸਵੇਰ ਦੀਆਂ ਮੀਟਿੰਗ ਚੱਲੀ ਆ ਰਹੀਆਂ, ਸਾਰੇ ਵਲੰਟੀਅਰ ਡੋਰ ਟੂ ਡੋਰ ਜਾਣਗੇ, 8 ਵਜੇ ਤੱਕ ਰਿਪੋਰਟ ਕਰਨਗੇ, ਜਿਹਨੂੰ ਡਾਇਰੈਕਟ ਸਾਡੇ ਪੰਜਾਬ ਦੇ ਪ੍ਰਧਾਨ ਜਰਨੈਲ ਸਿੰਘ ਜੀ ਦੇਖਣਗੇ ਜੀ, ਜਾਂ ਜੋ ਭਗਵੰਤ ਮਾਨ ਜੀ ਇਸ ਚੀਜ਼ ਨੂੰ ਪਰਸਨਲੀ, ਉਹਨਾਂ ਦੇ ਵੋਇਸ ਮੈਸੇਜ ਵੀ ਆ ਰਹੇ, ਇਸ ਚੀਜ਼ ਨੂੰ ਪਰਸਨਲੀ ਅਟੈਂਡ ਕਰ ਰਹੇ ਆ। ਸਾਡਾ ਮਕਸਦ ਇਸ ਟਾਈਮ ਇਹੀ ਹੈ ਵੀ ਆਪਣੇ ਭੈਣ ਭਰਾਵਾਂ ਨੂੰ ਵੱਧ ਤੋਂ ਵੱਧ ਇਸ ਦਹਿਸ਼ਤ 'ਚੋਂ ਕਿਵੇਂ ਕੱਢਿਆ ਜਾਵੇ ਅਤੇ ਆਪਣੇ ਆਪ ਨੂੰ ਕਿਵੇਂ ਬਚਾਇਆ ਜਾਵੇ। ਮੈਂ ਤਾਂ ਕੈਪਟਨ ਸਾਹਿਬ ਨੂੰ ਇੱਕੋ ਹੀ ਕਹਿੰਦੀ ਹਾਂ ਵੀ ਅੱਜ ਸਮੱਸਿਆ ਕਿੱਥੇ ਹੈ, ਤੁਹਾਨੂੰ ਆਪਣੇ ਬਿਆਨ ਦੇ ਵਿੱਚ ਇਹ ਕਹਿਣਾ ਪੈ ਗਿਆ ਵੀ ਮੇਰੇ ਮੰਤਰੀ ਅਤੇ MLA ਸਾਰੇ ਸਰਕਾਰੀ ਹਸਪਤਾਲਾਂ 'ਚ ਜਾਓ ਅਤੇ ਲੋਕਾਂ ਨੂੰ ਕਹੋ ਵੀ ਹੁਣ ਉਹ ਤੁਹਾਨੂੰ ਮਾਰਨਗੇ ਨਹੀਂ ਤਾਂ ਤੁਹਾਡੇ ਅੰਗ ਨਹੀਂ ਕੱਢਣਗੇ। ਕੈਪਟਨ ਸਾਹਿਬ, ਤੁਹਾਡੇ ਕਹਿਣ ਦਾ ਵਿਸ਼ਵਾਸ ਬਣ ਜਾਏਗਾ, ਜਿਹੜਾ ਵਿਸ਼ਵਾਸ ਟੁੱਟਿਆ ਲੋਕਾਂ ਦਾ ਉਹਦੀ ਭਰਪਾਈ ਤੁਹਾਨੂੰ ਕਰਨੀ ਪਏਗੀ। ਮੈਂ ਤਾਂ ਇੱਕੋ ਹੀ ਕਹਿੰਦੀ ਹਾਂ ਵੀ ਹਰ ਕਰੋਨਾ ਵਾਰਡ ਦੇ ਅੱਗੇ ਜਿੱਥੇ ਕਰੋਨਾ ਪੇਸ਼ੈਂਟ ਰੱਖਿਆ ਜਾਂਦਾ, ਚਾਹੇ ਉਹ ਪ੍ਰਾਈਵੇਟ ਹੋਵੇ ਚਾਹੇ ਉਹ ਸਰਕਾਰੀ ਹੋਵੇ, ਉਹਦੇ ਬਾਹਰ LED ਲੱਗਣੀ ਚਾਹੀਦੀ ਹੈ ਤਾਂ ਕਿ ਉਹਦੇ ਜਿੰਨੇ ਉਹਦੇ ਪੇਸ਼ੈਂਟ ਦੇ ਅਟੈਂਡੈਂਟ ਆ ਉਹ ਟਾਈਮ ਟੂ ਟਾਈਮ ਆਪਣੇ ਬੰਦਿਆਂ ਨੂੰ ਚੈੱਕ ਕਰਦੇ ਰਹਿਣ ਅਤੇ ਉਹਨਾਂ ਦੀ ਤਸੱਲੀ ਹੋਵੇ ਵੀ ਸਾਡਾ ਬੰਦਾ ਜਿਹੜਾ ਅੰਦਰ ਬੈਠਾ ਮਰੀਜ਼, ਵੈਦਰ ਉਹ ਲੜਕੀ ਹੈ ਜਾਂ ਲੜਕਾ ਮੈਟਰ ਨਹੀਂ ਕਰਦਾ, ਮਰੀਜ਼ ਜਿਹੜਾ ਅੰਦਰ ਬੈਠਾ ਉਹ ਸੇਫ ਹੱਥਾਂ ਦੇ ਵਿੱਚ ਆ, ਉਹਦਾ ਇਲਾਜ ਸਹੀ ਹੋ ਰਿਹਾ, ਉਹ ਡਿਪਰੈਸ ਨਹੀਂ ਹੋ ਰਿਹਾ, ਜਿੱਥੇ ਉਹਨੂੰ ਲੋੜ ਪੈਂਦੀ ਹੈ ਉੱਥੇ ਹੈਲਪ ਕੀਤੀ ਜਾਵੇ। ਪੰਜਾਬ ਲਈ ਜਗਰਾਉਂ ਤਦਵਿੰਦਰ ਜੈਨ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17-time ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84-374-94-647, 84-374-94-648। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ।